साडे चैनल ते होर नवीआं ते ताज़ा न्यूज़ देखण लई साडे सच ते पैरा टीवी चैनल नूं सबसक्राइब करो अते इस दे नाल ही दित्ते गए बैल आइकन नूं दबाओ। धन्नवाद। पातड़ा विच ट्रैफिक होई बेलगम, पुलिस ने संभाली कमान, भगत सिंह चौंक दा कट कीता बंद। शहर अंदर चलदी ट्रैफिक दी गंभीर समस्या अते कट तों लंघण समय हो रहे हादसियां नूं देखदे होए पातड़ा पुलिस वल्लों कट नूं बंद कर दिता है अते सड़क दे किनारे ती पार्किंग कीतियां कारां नूं नाल दी नाल ट्रैफिक नूं कंट्रोल करन दे लई पुलिस दे कमान संभालदिआं आवाजाई नूं संचारू ढंग दे नाल चलाउण दी कोशिश कीती गई। पातड़ा तों सतपाल गर्ग दी रिपोर्ट। ਸਾਡੀ ਡਿਪਟੀ ਸਾਹਿਬ ਦੀ ਹਦਾਇਤ ਅਨੁਸਾਰ ਸਿੰਘਾਸਨ ਦਾ ਅਨੁਸਾਰ ਅਸੀਂ ਨਾ ਜਿਵੇਂ ਰੋਡ ਦੇ ਉੱਪਰ ਗੱਡੇ ਕਈ ਪਾਰਕ ਕਰਕੇ ਜਾਂਦੇ ਕਰ ਜਾਂਦੇ ਸੀ, ਚਲੇ ਜਾਂਦੇ, ਦੁਕਾਨਾਂ ਚਲੇ ਜਾਂਦੇ ਸੀਗੇ, ਉਹਨੂੰ ਬੁਲਾ ਕੇ ਟ੍ਰੇਸ ਕਰਕੇ ਉਹਨੂੰ ਗੱਡੀ ਦੇ ਚਲਾਣ ਕੱਟੇ ਗਏ, ਹਦਾਇਤ ਕੀਤੀ ਗਈ ਅਤੇ ਅਸੀਂ ਅੱਗੇ ਤੋਂ ਗੱਡੀ ਪ੍ਰੋਪਰ ਪਾਰਕਿੰਗ ਕਰਨਾ ਵੀ ਰੋਡ ਉੱਪਰ ਗੱਡੀਆਂ ਲਾਉਣ, ਗੱਡੀ ਰੋਡ ਲੱਗਣ ਕਾਰਨ ਜਾਮ ਲੱਗ ਜਾਂਦਾ, ਗਲਤ ਪਾਰਕਿੰਗ ਗੱਡੀ ਲੈ ਕੇ ਜਾਂਦੇ ਲੋਕ ਉੱਥੇ ਸਾਈਡ ਦੇ ਜੀ। ਅਸੀਂ ਪੱਖ ਬੋਰਡ ਬਣਵਾਏ ਨੇ, ਬੋਰਡ ਲਾ ਰਹੇ ਹਾਂ ਅਤੇ ਹਦਾਇਤ ਕਰ ਰਹੇ ਹਾਂ ਅਤੇ ਵੱਖ ਮੁਲਾਜ਼ਮ ਖੜਾ ਕੇ ਕਿ ਰੋਡ ਦੇ ਉੱਪਰ ਗੱਡੀ ਲਾਉਣੀ ਵੀ ਪਿੱਛੇ ਗੱਡੀ ਬੱਸ ਸਟੈਂਡ ਵਿੱਚ ਖਾਲੀ ਪਿਆ, ਬੱਸ ਸਟੈਂਡ ਲਾਓ ਜਾ ਕੇ। ਇਹਨਾਂ ਜੀ ਅਜੇ ਸਾਡੇ ਸਾਹਮਣੇ ਤਿੰਨ ਚਾਰ ਵਾਰੀ ਹਾਦਸਾ ਹੋ ਜਾਂਦੇ, ਬੱਚੇ ਬੱਚੇ ਆਉਂਦੇ ਨੇ ਇੱਧਰੋਂ, ਪਤਾ ਉਹ ਦੇਖੇ ਹੈ ਨਹੀਂ ਬੱਚਿਆਂ ਨੂੰ ਪ੍ਰੋਪਰ, ਜਿਵੇਂ ਸਕੂਲ ਦੇ ਵਿੱਚ ਉਹ ਕੱਟ ਦੇ ਮੋਟਰਸਾਈਕਲ ਲੈ ਕੇ ਆ ਜਾਂਦੇ। ਕੋਈ ਹਾਦਸਾ ਹੋਇਆ? ਹਾਂ, ਦੋ ਤਿੰਨ ਬਜ਼ੁਰਗ ਸੀਗੇ, ਉਹ ਉਹ ਦੇਖਦੇ ਮਤਲਬ ਰੱਖਦੇ, ਉਹ ਕੱਟ ਨੂੰ ਬੰਦ ਕੀਤਾ ਗਿਆ ਜੀ ਵੀ ਤਾਂ ਕਿ ਕਿਸੇ ਨੁਕਸਾਨ ਨਾ ਹੋ ਜਾਵੇ।